ਜਿਵੇਂ ਅੱਜ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਮਹਾਂਪੁਰਖਾਂ ਉਹ ਭਭੌਰ ਸਾਹਿਬ ਦੀ ਧਰਤੀ ਤੇ ਧਾਹਾਂ ਪੈਂਦੀਆਂ ਸੀ ਸੰਗਤੇ ਜਦੋਂ ਮਹਾਂਪੁਰਖਾਂ ਨੂੰ ਜਲ ਚ ਪ੍ਰਵਾਹ ਕੀਤਾ ਨਾ ਸੰਗਤਾਂ ਦੁਹੱਥੜੇ ਮਰ ਮਰ ਰੋਂਦੀਆਂ ਸੀ ਮਹਾਂਪੁਰਖੋ ਫਿਰ ਕਦੋਂ ਮੁੜ ਕੇ ਆਓਗੇ ਆਖੋ ਸਤਨਾਮ ਐਵੇਂ ਨਹੀਂ ਰੋਇਆ ਜਾਂਦਾ ਇੱਕ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਇੱਕ ਦਿਨ ਚ ਲੱਖਾਂ ਬੰਦਿਆਂ ਨੂੰ ਅੰਮ੍ਰਿਤ ਛਕਾਇਆ ਇੱਕ ਦਿਨ ਚ ਆਖੋ ਸਤਨਾਮ ਹੈਲੀਕਾਪਟਰ ਦੇ ਉੱਪਰ ਦੀਵਾਨ ਲਾਏ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਨੇ ਹੈਲੀਕਾਪਟਰ ਦੇ ਉੱਪਰ ਦੀਵਾਨ ਲਾਏ ਸੰਗਤੇ ਬਾਬਾ ਮਾਨ ਸਿੰਘ ਜੀ ਭੇਵੇ ਵਾਲਿਆਂ ਨੇ ਪਤਾ ਨੀ ਕਿੰਨੀਆਂ ਸੰਗਤਾਂ ਨੂੰ ਅੰਮ੍ਰਿਤ ਛਕਾਇਆ ਪਿਆਰੇ ਉਹ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲਿਆਂ ਨੇ ਦੁਬਈ ਦੇ ਵਿੱਚ ਇੰਗਲੈਂਡ ਵਿੱਚ ਕਨੇਡਾ ਵਿੱਚ ਪਤਾ ਨੀ ਕਿੰਨੇ ਗੁਰੂ ਘਰਾਂ ਨੂੰ ਬਣਾ ਕੇ ਸੰਗਤਾਂ ਨੂੰ ਸੌਂਪ ਦਿੱਤਾ ਸਤਨਾਮ ਸ੍ਰੀ ਵਾਹਿਗੁਰੂ ਐਸੀ ਕਰਨੀ ਮਹਾਂਪੁਰਖਾਂ ਦੀ ਅੱਜ ਮਹਾਂਪੁਰਖ ਸੱਚਖੰਡ ਗਏ ਨੇ ਬਾਬਾ ਮਾਨ ਸਿੰਘ ਜੀ ਉਹਨਾਂ ਨੂੰ ਯਾਦ ਕਰਕੇ ਜਿੰਨੇ ਸਾਧੂ ਨਾਮ ਜਪਾ ਕੇ ਗਏ ਨੇ ਸਾਰਿਆਂ ਨੂੰ ਯਾਦ ਕਰਕੇ ਦਿਲੋਂ ਆਵਾਜ਼ ਦੇ ਕੇ ਪੜਿਓ ਸੱਚੇ ਪਾਤਸ਼ਾਹ ਨਾਮ ਜਪਾ ਕੇ ਸਾਧੂ ਤੁਰ ਕੇ ਪਰਦੇਸ ਨਾਮ ਜਪਾ ਕੇ ਸਾਧੂ ਤੁਰ ਕੇ ਪਰਦੇਸ Yeah.